ਤਸਵੀਰਾਂ ਨੂੰ ਗੌਰ ਦੇ ਨਾਲ ਦੇਖੋ। ਪਹਿਲਾਂ ਤਾਂ ਇੱਕ ਚਿੱਟੇ ਰੰਗ ਦੀ ਸਵਿਫਟ ਇੱਕ ਐਕਟਿਵਾ ਸਵਾਰ ਕੁੜੀ ਦੇ ਵਿੱਚ ਆ ਕੇ ਵੱਜਦੀ ਹੈ, ਜਿਸ ਤੋਂ ਬਾਅਦ ਉਸ ਗੱਡੀ ਦੇ ਅੰਦਰੋਂ ਨਿਹੰਗਾਂ ਦਾ ਚੋਲਾ ਪਾ ਕੇ ਇਹ ਲੁਟੇਰੇ ਨਿਕਲਦੇ ਨੇ। ਇਹਨਾਂ ਨੇ ਸਾਫ ਸਾਫ ਨਿਹੰਗਾਂ ਦੀ ਛਵੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਤਾਂ ਗੱਡੀ ਆਪ ਐਕਟਿਵਾ 'ਚ ਦੇ ਕੇ ਮਾਰੀ, ਜਿਸ ਤੋਂ ਬਾਅਦ ਇਹਨਾਂ ਬਹਿਰੂਪੀਆਂ ਨੇ ਜੋ ਕਿ ਨਿਹੰਗਾਂ ਦੇ ਬਾਣੇ ਦੇ ਵਿੱਚ ਨੇ, ਇਹਨਾਂ ਬਹਿਰੂਪੀਆਂ ਦੇ ਵੱਲੋਂ ਉਸ ਮਹਿਲਾ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਗਿਆ। ਕਿਹਾ ਗਿਆ ਕਿ ਤੁਸੀਂ ਸਾਡੀ ਗੱਡੀ ਤੋੜੀ ਹੈ, ਜਾਣ ਬੁੱਝ ਕੇ ਸਾਨੂੰ ਹਰਜ਼ਾਨਾ ਦਿਓ, ਤੁਹਾਡੀਆਂ ਵਾਲੀਆਂ ਲਾ ਲਵਾਂਗੇ। ਜਦ ਔਰਤ ਨੇ ਵਿਰੋਧ ਕੀਤਾ ਤਾਂ ਔਰਤ ਦੀ ਐਕਟਿਵਾ ਦੇ ਅੰਦਰੋਂ ਜਿਹੜੇ 20,000 ਰੁਪਏ ਉਹ ਕੈਸ਼ ਬੈਂਕ ਤੋਂ ਕਢਵਾ ਕੇ ਲਿਆਈ ਸੀ, ਉਸ ਦੇ ਅੰਦਰੋਂ 18,500 ਰੁਪਏ ਕੱਢ ਕੇ ਲੈ ਗਏ ਨੇ ਇਹ ਕਥਿਤ ਨਿਹੰਗ ਸਿੰਘ। ਤਾਂ ਨਵਾਂ ਸ਼ਹਿਰ ਦੇ ਜ਼ੀਰਾ ਜੱਟਾ ਮੁਹੱਲੇ ਤੋਂ ਇਹ ਸਾਹਮਣੇ ਆ ਰਹੀ ਹੈ ਤਸਵੀਰਾਂ, ਜਿੱਥੇ CCTV ਦੇ ਵਿੱਚ ਇੱਕ ਐਕਸੀਡੈਂਟ ਕੈਦ ਹੋਇਆ। ਲੋਕਾਂ ਨੂੰ ਲੱਗਿਆ ਕਿ ਇਹ ਤਾਂ ਨੋਰਮਲ ਜਿਹਾ ਐਕਸੀਡੈਂਟ ਹੈ, ਪਰ ਪਤਾ ਬਾਅਦ 'ਚ ਚੱਲਿਆ ਜਦ ਮਹਿਲਾ ਦੇ ਨਾਲ ਗੱਲਬਾਤ ਕੀਤੀ ਗਈ। ਮਹਿਲਾ ਦਾ ਕਹਿਣਾ ਇਹ ਸੀ ਕਿ ਨਿਹੰਗ ਸਿੰਘ ਆਏ ਅਤੇ ਉਸਦੀ ਐਕਟਿਵਾ ਦੇ ਵਿੱਚੋਂ 18,500 ਰੁਪਏ ਕੱਢ ਕੇ ਲੈ ਗਏ, ਤਾਂ ਫਰਾਰ ਹੋ ਗਏ ਨੇ ਇਹ ਕਥਿਤ ਨਿਹੰਗ ਸਿੰਘ। ਨਿਹੰਗਾਂ ਦੇ ਬਾਣੇ 'ਤੇ ਦਾਗ ਲਗਾਉਣ ਵਾਲੀਆਂ ਹਰਕਤਾਂ ਦੇਖੋ ਕਿਵੇਂ ਕਰ ਰਹੇ ਨੇ ਇਹ ਲੁਟੇਰੇ। ਵਿਸ਼ਵਕਰਮਾ ਮੰਦਿਰ ਦੇ ਕੋਲ, ਜੋ ਕਿ ਨਵਾਂ ਸ਼ਹਿਰ ਦੇ ਵਿੱਚ ਪੈਂਦਾ ਹੈ, ਵਿਸ਼ਵਕਰਮਾ ਮੰਦਿਰ ਦੇ ਕੋਲ ਇਹ ਹਾਦਸਾ ਹੋਇਆ, ਨੇੜੇ ਹੀ CCTV ਲੱਗੀ ਸੀ। ਤਾਂ ਧਿਆਨ ਨਾਲ ਦੇਖੋ, ਪਹਿਲਾਂ ਟੱਕਰ ਹੋਈ, ਉਸ ਤੋਂ ਬਾਅਦ ਬਹਿਸਬਾਜ਼ੀ ਹੋਈ, ਫਿਰ ਨਿਹੰਗ ਸਿੰਘ ਔਰਤ ਦੇ ਉੱਤੇ ਹਾਵੀ ਹੋਣ ਲੱਗੇ, ਜੋ ਕਿ ਕਥਿਤ ਨਿਹੰਗ ਸਿੰਘ ਨੇ। ਹੁਣ ਤੱਕ ਪੁਸ਼ਟੀ ਨਹੀਂ ਕੀਤੀ ਕਿ ਨਿਹੰਗ ਸਿੰਘ ਸੀ ਜਾਂ ਫਿਰ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਕੋਈ ਹੋਰ। ਤਾਂ ਇਹਨਾਂ ਨਿਹੰਗ ਸਿੰਘ, ਜੋ ਕਿ ਕਥਿਤ ਨਿਹੰਗ ਸਿੰਘ ਨੇ, ਇਹਨਾਂ ਦੇ ਵੱਲੋਂ ਜਿਹੜੀ ਔਰਤ ਹੈ ਉਸਦੀਆਂ ਵਾਲੀਆਂ ਮੰਗੀਆਂ ਗਈਆਂ ਕਿ ਅਸੀਂ ਗੱਡੀ ਠੀਕ ਕਰਾਵਾਂਗੇ ਵੇਚ ਕੇ। ਜਦ ਮਹਿਲਾ ਨੇ ਵਾਲੀਆਂ ਨਹੀਂ ਦਿੱਤੀਆਂ ਤਾਂ ਉਸਦੀ ਐਕਟਿਵਾ ਦੇ ਅੰਦਰੋਂ ਧੱਕੇ ਦੇ ਨਾਲ ਦੇਖੋ ਕਿਵੇਂ ਪੈਸੇ ਕੱਢ ਕੇ ਲੈ ਗਏ ਇਹ ਲੁਟੇਰੇ। ਪੋਸ਼ਾਕ 'ਚ ਆਏ ਨਿਹੰਗ ਸਿੰਘਾਂ ਦੇ ਬਾਣੇ 'ਚ ਆਏ ਲੁਟੇਰੇ। ਮਹਿਲਾ ਦਾ ਕੀ ਕਹਿਣਾ, ਕੀ ਇਲਜ਼ਾਮ ਲਗਾ ਰਹੀ ਹੈ ਮਹਿਲਾ, ਕੀ ਕੁਝ ਹੋਇਆ ਉਹਦੇ ਨਾਲ, ਆਓ ਜਾਣਦੇ। ਸਕੂਟਰੀ ਚਾਬੀ ਮੈਂ ਕਿਹਾ ਨਹੀਂ ਮੈਂ ਦਿੰਦੀ ਹਾਂ, ਮੈਂ ਐਕਚੁਅਲੀ 20,000 ਰੁਪਏ ਕਢਾ ਕੇ ਲਿਆ ਆਈ ਸੀ ਅੱਧੇ ਘੰਟੇ ਪਹਿਲਾਂ ਸਕੂਟਰੀ ਤੋਂ ਆਈ ਸੀ ਤੇ ਉਹ ਮੈਂ ਹਾਲੇ ਸਕੂਟਰੀ 'ਚ ਰੱਖਿਆ ਸੀ, ਮੈਂ ਕਿਸੇ ਕਿਸੇ ਨੂੰ ਛੱਡਣ ਗਈ ਸੀ ਆਪਣੇ ਟੋਟਲ ਚੋ ਕਿੰਨੇ ਬਚ ਗਏ ਬਾਦੇ ਇਹ ਉਹਦੇ ਵਿੱਚੋਂ ਜਿਹੜੇ ਕਢਾਏ ਆ? ਹਾਂਜੀ ਉਹਨਾਂ ਦੀ ਸਿਰਫ 12 ਕਿਤਾਰ ਮੋਰਲੀ ਨੰਬਰ ਪਲੇਟ ਹੈ ਜੀ ਕਹਿੰਦੇ।